ਚੜਿਆ ਮਗਰ ਸਖੀ ਗਾਵੋ ਪ੍ਰਭ ਕੇ ਗੀਤ ਸੰਤਾਂ ਸੰਗਤ ਪਾਏ ਤਨ ਮਨ ਧਨ ਸਭ ਅਰਪ ਕਰ ਐਸੀ ਕਰੋ ਪ੍ਰੀਤ ਤਿਆਗ ਲੋਭ ਮੋਹ ਅਹੰਕਾਰ ਸਭ ਪ੍ਰੀਤ ਗੌਣ ਵਾਕ ਸਭ ਤਿਆਗ ਕਰ ਸੰਤ ਬਚਨ ਧਰ ਚੀਤ ਤਨ ਮਨ ਧਨ ਅਹੰਕਾਰ ਆਪਣੇ ਕਛੂ ਨ ਮਾਨ ਗਰਬ ਕਰਤ ਜੋ ਇਨ ਸੇ ਨਰ ਹੈ ਅਨਜਾਨ ਆਪ ਕਛੂ ਨਾ ਹੋਤ ਹੈ ਦੇਣ ਹਾਰ ਹਰ ਤਾਂ ਹਰ ਕਾ ਦੀਆ ਸੋ ਗੁਰ ਦੀਆ ਤੈ ਕੀ ਦੀਆ ਆਨ ਤੇਰਾ ਇੱਕ ਹੰਕਾਰ ਹੈ ਅਰਪਣ ਤਿਸ ਕੋ ਮਾਨ ਨਵ ਪ੍ਰਕਾਰ ਦੀ ਭਗਤ
ਸਤਿਗੁਰ ਦੇਵ ਬਖਿਆਨ ਜਨ ਰਵਿਦਾਸ ਕਰੇ ਭਗਤ ਸ਼ੁੱਧ ਪਇਓ ਤਿਸ ਮਾਨ ਚੜਿਆ ਮਗਰ ਹੇ ਸਖੀ ਗਾਵੋ ਪ੍ਰਭ ਕੇ ਗੀਤ ਸੰਤਾਂ ਸੰਗਤ ਪਾਏ ਕਰ ਗੁਰੂਦੇਵ ਸਿਮਰੋ ਨੀ ਗੁਰੂ ਪਿਆਰੀ ਸਾਧ ਸੰਗਤ ਜੀ, ਧੰਨ ਧੰਨ ਜਗਤ ਗੁਰੂ ਰਵਿਦਾਸ ਜੀ ਮਹਾਰਾਜ, ਮੱਘਰ ਦੇ ਮਹੀਨੇ ਰਾਹੀਂ ਸਭ ਸੰਗਤਾਂ ਨੂੰ ਪਾਵਨ ਉਪਦੇਸ਼ ਬਖਸ਼ਿਸ਼ ਕਰਦੇ ਹਨ। ਮੱਘਰ ਚੜਿਆ ਹੇ ਸਖੀ ਗਾਵੋ ਪ੍ਰਭ ਕੇ ਗੀਤ। ਹੇ ਸਖੀ, ਹੇ ਜੀਵ ਰੂਪੀ ਇਸਤਰੀ, ਮੱਘਰ ਦਾ ਮਹੀਨਾ ਕਿਆ! ਇਹ ਅਮੋਲਕ ਜਨਮ ਜੀਵ ਰੂਪੀ ਇਸਤਰੀ ਨੂੰ ਪਤੀ ਪਰਮਾਤਮਾ ਦੀ ਪ੍ਰਾਪਤੀ ਵਾਸਤੇ ਮਿਲਿਆ ਹੈ। ਇਸ ਲਈ ਨਿਤਾ ਪ੍ਰਤੀ ਇਸ ਜੀਵ ਰੂਪੀ ਇਸਤਰੀ ਨੂੰ ਪ੍ਰਭੂ ਪਤੀ ਦੇ ਗੀਤ ਗਾਉਣੇ ਚਾਹੀਦੇ ਹਨ, ਉਸਦੀ ਮਹਿਮਾ ਕਰਨੀ ਚਾਹੀਦੀ ਹੈ। ਸੰਤਾਂ ਸੰਗਤ ਪਾਏ ਕਰ ਗੁਰਦੇਵ ਸਿਮਰੋ ਨੀਤ। ਜੀਵ ਨੂੰ ਸੰਤਾਂ ਦੀ ਸੰਗਤ ਵਿੱਚ ਜਾ ਕੇ ਉਹਨਾਂ ਪਾਸੋਂ ਨਾਮਦਾਨ ਲੈ ਕੇ ਨਿਤਾ ਪ੍ਰਤੀ ਉਸ ਪ੍ਰਭੂ ਦਾ ਸਿਮਰਨ ਕਰਨਾ ਚਾਹੀਦਾ ਹੈ। ਤਨ ਮਨ ਤਨ ਸਭ ਅਰਪ ਕਰ ਐਸੀ ਕਰੋ ਪ੍ਰੀਤ ਤਿਆਗ ਅਹੰਕਾਰ ਸਭ ਗੁਰੂਦੇਵ ਕੀ ਕਰੋ ਪ੍ਰੀਤ। ਤਨ ਮਨ ਤਨ ਸਭ ਅਰਪ ਕਰ ਐਸੀ ਕਰੋ ਪ੍ਰੀਤ। ਪ੍ਰਭੂ ਅੱਗੇ ਆਪਣਾ ਤਨ ਮਨ ਤਨ ਅਰਪਣ ਕਰਕੇ ਉਸ ਨਾਲ ਸੱਚੀ ਪ੍ਰੀਤੀ ਕਰਕੇ ਪ੍ਰਭੂ ਦਾ ਸਿਮਰਨ ਕਰੋ। ਤਿਆਗ ਲੋਭ ਮੋਹੰਕਾਰ ਸਭ ਗੁਰਦੇਵ ਕੀ ਕਰੋ ਪ੍ਰੀਤ। ਜੀਵ ਨੂੰ ਲੋਭ ਮੋਹੰਕਾਰ ਸਭਨਾ ਦਾ ਤਿਆਗ ਕਰਕੇ ਗੁਰੂਦੇਵ ਨਾਲ ਸੱਚੀ ਪ੍ਰੀਤੀ ਕਰਨੀ ਚਾਹੀਦੀ ਹੈ। ਗੌਣ ਵਾਕ ਸਭ ਤਿਆਗ ਕਰ ਸੰਤ ਬਚਨ ਤਾ
ਰਚੀਤ ਤਨ ਮਨ ਧਨ ਇਹ ਹੰਕਾਰ ਆਪਣੇ ਕਸ਼ੂ ਨਮਾਨ ਗੌਣ ਬਚਨ ਸਭ ਤਿਆਗ ਕਰ ਸੰਤ ਬਚਨ ਤਰਚੀਤ ਜੀ ਪ੍ਰਭੂ ਦੇ ਨਾਮ ਨੂੰ ਭੁਲਾ ਕੇ ਹੋਰ ਫਜ਼ੂਲ ਦੀਆਂ ਗੱਲਾਂ ਨੂੰ ਆਪਣੇ ਮਨ ਚੋਂ ਤਿਆਗ ਦੇ ਔਰ ਆਪਣੇ ਚਿੱਤ ਵਿੱਚ ਹਮੇਸ਼ਾ ਪ੍ਰਭੂ ਦੇ ਨਾਮ ਦਾ ਸਿਮਰਨ ਕਰ। ਤਨ ਮਨ ਤਨ ਇਹ ਹੰਕਾਰ ਆਪਣੇ ਕਸ਼ੂ ਨਾ ਮਾਨ ਭਾਈ ਆਪਣੇ ਮਨ ਚੋਂ ਤਨ ਮਨ ਧਨ ਦਾ ਹੰਕਾਰ ਤਿਆਗ ਦੇ। ਇਹਨਾਂ ਵਿੱਚੋਂ ਕੁਝ ਵੀ ਆਪਣਾ ਨਾ ਸਮਝ, ਇਹਨਾਂ ਦਾ ਤਿਆਗ ਕਰਕੇ ਪ੍ਰਭੂ ਦਾ ਸਿਮਰਨ ਕਰ, ਉਹੀ ਤੇਰੇ ਨਾਲ ਜਾਣਾ ਹੈ। ਗਰਬ ਕਰਤ ਜੋ ਇਨ ਸੇ ਸੋ ਨਰ ਹੈ ਅਨਜਾਨ ਆਪ ਕਸ਼ਹੂ ਨਾ ਹੋਤ ਹੈ ਦੇਣ ਹਾਰ ਹਰ ਧਾਮ ਗਰਭ ਕਰਤ ਜੋ ਇਨਸੇ ਸੋ ਨਰ ਹੈ ਅਨਜਾਣ। ਜੋ ਜੀਵ ਪ੍ਰਭੂ ਨੂੰ ਭੁਲਾ ਕੇ ਤਨ ਮਨ ਔਰ ਤਨ ਦਾ ਹੰਕਾਰ ਕਰਦਾ ਹੈ ਉਹ ਜੀਵ ਅਗਿਆਨੀ ਹੈ। ਆਪ ਕਸ਼ੂਨਾ ਹੋਤ ਹੈ ਦੇਣ ਹਾਰ ਹਰ ਧਾਮ। ਜੀਵ ਦੇ ਆਪਣੇ ਆਪ ਕਰਨ ਨਾਲ ਕੁਝ ਵੀ ਪ੍ਰਾਪਤ ਨਹੀਂ ਹੁੰਦਾ। ਹਰ ਜੋ ਪ੍ਰਭੂ ਹੈ ਉਹ ਬਖਸ਼ਿਸ਼ਾ ਕਰਨ ਵਾਲਾ ਹੈ, ਜਿਸ ਦੀ ਕਿਰਪਾ ਨਾਲ ਹਰ ਧਾਮ ਦੀ ਨਿਜ ਘਰ ਦੀ ਅਟਲ ਪਦਵੀ ਦੀ ਪ੍ਰਾਪਤੀ ਹੁੰਦੀ ਹੈ। ਮੈਂ ਕੀਆ ਮੈਂ ਕਰਤ ਹੂੰ ਕੂੜਾ ਕਰ ਹੈ ਮਾਨ ਹਰ ਕਾ ਦੀਆ ਮੈਂ ਕੀਆ ਮੈਂ ਕਰਤ ਹੂੰ ਕੂੜਾ ਕਰੇ ਮਾਨ। ਇਹ ਜੀਵ ਹੰਕਾਰ ਕਰਕੇ ਇਹ ਕਹਿੰਦਾ ਹੈ ਕਿ ਮੈਂ ਇਹ ਕੁਝ ਕੀਤਾ ਹੈ ਔਰ ਇਹ ਕੂੜ ਪਸਾਰੇ ਦਾ ਝੂਠ ਤੇ ਮਾਣ ਕਰਦਾ ਹੈ ਔਰ ਪ੍ਰਭੂ ਨੂੰ ਭੁੱਲ ਜਾਂਦਾ ਹੈ। ਹਰ ਕਾ ਦੀਆ ਸੋ ਗੁਰ ਦੀਆ ਤੈਂ ਕੀ ਦੀਆ ਆਨ। ਜੋ ਪਰਮੇਸ਼ਰ ਨੇ ਦਿੱਤਾ ਹੈ
ਉਹੀ ਗੁਰੂ ਨੇ ਕਿਰਪਾ ਕਰਕੇ ਦਿੱਤਾ ਹੈ। ਹੇ ਜੀਵ, ਤੂੰ ਉਸ ਪ੍ਰਭੂ ਨੂੰ ਕੁਝ ਵੀ ਨਹੀਂ ਦੇ ਸਕਦਾ। ਇਸ ਲਈ ਭਾਈ, ਤੈਨੂੰ ਝੂਠੇ ਹੰਕਾਰ ਨੂੰ ਛੱਡ ਕੇ ਗੁਰੂ ਦੇ ਚਰਨੇ ਲਾ ਕੇ ਪ੍ਰਭੂ ਦਾ ਸਿਮਰਨ ਕਰਨਾ ਚਾਹੀਦਾ ਹੈ। ਤੇਰਾ ਇੱਕ ਹੰਕਾਰ ਹੈ ਅਰਪਣ ਤਿਸ ਕੋ ਮਾਨ ਨਵ ਪ੍ਰਕਾਰ ਦੀ ਭਗਤ ਇਹ ਸਤਿਗੁਰ ਦੇਵ ਬਖਿਆਨ। ਤੇਰਾ ਇੱਕ ਹੰਕਾਰ ਹੈ ਅਰਪਣ ਤਿਸ ਕੋ ਮਾਨ। ਹੇ ਭਾਈ, ਤੇਰਾ ਇਹ ਹੰਕਾਰ ਝੂਠਾ ਹੈ। ਤੂੰ ਝੂਠੇ ਹੰਕਾਰ ਨੂੰ ਤਿਆਗ ਕੇ ਆਪਣਾ ਅਮੋਲਕ ਜੀਵਨ ਪ੍ਰਭੂ ਨੂੰ ਅਰਪਣ ਕਰਕੇ ਪ੍ਰਭੂ ਦੇ ਲੇਖੇ ਲਾ ਕੇ ਉਸਦਾ ਸਵਾਸ ਸਵਾਸ ਸਿਮਰਨ ਕਰ। ਨਾ ਪ੍ਰਕਾਰ ਕੀ ਭਗਤ ਇਹ ਸਤਿਗੁਰ ਦੇ ਬਖਾਣ। ਨੌ ਪ੍ਰਕਾਰ ਦੀ ਇਹ ਪ੍ਰਭੂ ਦੀ ਭਗਤੀ ਹੈ ਔਰ ਐਸੀ ਸਤ ਭਗਤੀ ਨਾਲ ਜੁੜਨ ਦਾ ਜੋ ਮਾਰਗ ਹੈ ਉਹ ਗੁਰਦੇਵ ਪਾਸੋਂ ਪ੍ਰਾਪਤ ਹੁੰਦਾ ਹੈ। ਸਤਿਗੁਰ ਰਵਿਦਾਸ ਜੀ ਮਹਾਰਾਜ ਮੱਘਰ ਦੇ ਮਹੀਨੇ ਰਾਹੀਂ ਸਭ ਜੀਵਾਂ ਨੂੰ ਸੰਤਾਂ ਦੇ ਚਰਨਾਂ ਕਮਲਾਂ ਵਿੱਚ ਜਾ ਕੇ ਉਹਨਾਂ ਤੋਂ ਨਾਮਦਾਨ ਪ੍ਰਾਪਤ ਕਰਕੇ ਉਸਦੀ ਕਮਾਈ ਕਰਕੇ ਪ੍ਰਭੂ ਨੂੰ ਮਿਲਣ ਦਾ ਪਾਵਨ ਉਪਦੇਸ਼ ਬਖਸ਼ਿਸ਼ ਕਰਦੇ ਹਨ। ਜਨ ਰਵਿਦਾਸ ਕਰੇ ਭਗਤ ਜੋ ਸ਼ੁੱਧ ਪਿਓ ਤਿਸ ਮਾਨ। ਜਨ ਰਵਿਦਾਸ ਕਰੇ ਭਗਤ ਜੋ ਸ਼ੁੱਧ ਪਿਓ ਤਿਸ ਮਾਨ। ਸਤਿਗੁਰ ਰਵਿਦਾਸ ਮਹਾਰਾਜ ਜੀ ਉਚਾਰਨ ਕਰਦੇ ਹਨ ਜੋ ਜਨ ਪਰਮਾਤਮਾ ਦੀ ਭਗਤੀ ਕਰਦਾ ਹੈ ਉਹ ਇਸ ਸੰਸਾਰ ਵਿੱਚ ਸ਼ੁੱਧ ਔਰ ਸ੍ਰੇਸ਼ਟ ਹੈ। ਇਸ ਲਈ ਮੱਘਰ ਦੇ ਮਹੀਨੇ ਰਾਹੀਂ ਸਤਿਗੁਰ ਰਵਿਦਾਸ ਜੀ ਮਹਾਰਾਜ ਜੀਵ ਨੂੰ ਇਸ ਮੂਲਕ ਜਨਮ ਵਿੱਚ ਸੰਤਾਂ ਦੀ ਸੰਗਤ ਕਰਕੇ ਉਹਨਾਂ ਪਾਸੋਂ ਨਾਮਦਾਨ ਲੈ ਕੇ ਉਸਦੀ ਕਮਾਈ ਕਰਕੇ ਆਪਣਾ ਸ੍ਰੇਸ਼ਟ ਜੀਵਨ ਸਫਲ ਕਰਨ ਦਾ ਪਾਵਨ ਉਪਦੇਸ਼ ਬਖਸ਼ਿਸ਼ ਕਰਦੇ ਹਨ। ਜੈ ਗੁਰਦੇਵ।